ਸਾਡੇ ਕੋਲ ਇੱਕ ਡੱਬਾ ਵੀ ਨਹੀਂ ਸੀ, ਅਸੀਂ ਪਾਣੀ ਪੀਆ। ਫਿਰ ਡੱਬਾ ਇੱਕ ਮਿਲਿਆ, ਉਸ ਵਿੱਚ ਅਸੀਂ ਪਾਣੀ ਪੀਂਦਾ ਰਿਹਾ। ਮੈਂ ਅਮਨਦੀਪ ਸਿੰਘ ਲਵਲੀ, ਅਜੀਤ ਵੈੱਬ ਨਾਭਾ ਤੋਂ। ਅੱਜ ਅਸੀਂ ਦਰਦ 47 ਦਾ ਸੰਬੰਧੀ ਗੱਲਬਾਤ ਕਰਾਂਗੇ ਮਾਤਾ ਸਤਨਾਮ ਕੌਰ ਜੀ ਨਾਲ, ਜਿਨ੍ਹਾਂ ਦੀ ਉਮਰ ਤਕਰੀਬਨ 47 ਸਮੇਂ 21 ਸਾਲ ਦੇ ਕਰੀਬ ਸੀ। ਮਾਤਾ ਜੀ ਦਾ ਜੋ ਜਨਮ ਹੈ ਉਹ 1926 ਦਾ। ਮਾਤਾ ਜੀ ਬਜ਼ੁਰਗ ਨੇ, 93 ਸਾਲ ਦੇ ਕਰੀਬ ਉਹਨਾਂ ਦੀ ਉਮਰ ਹੈ, ਪਰ ਸਾਰੀ ਯਾਦਾਸ਼ ਹੋਣ ਦੇ ਬਾਵਜੂਦ ਉਮਰ ਵੱਡੀ ਵਡੇਰੀ ਹੋਣ ਕਾਰਨ ਸੁਣਨਾ ਜਿਹੜਾ ਉਹਨਾਂ ਨੂੰ ਘੱਟ ਗਿਆ। ਅਸੀਂ ਮਾਤਾ ਸਤਨਾਮ ਜੀ ਨਾਲ ਗੱਲਬਾਤ ਕਰਾਂਗੇ। ਇਹਨਾਂ ਮਾਤਾ ਜੀ ਨੇ ਆਪਣੇ ਪਿੰਡੇ 'ਤੇ ਜਿੱਥੇ 47 ਹੰਡਾਈ ਹੈ ਉੱਥੇ 84 ਦਾ ਦਰਦ ਵੀ ਦੇਖਿਆ। ਮਾਤਾ ਸਤਨਾਮ ਕੌਰ ਜੀ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਉੱਚੀ ਸੁਣਦੇ ਨੇ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ 47 ਵਿੱਚ ਕੀ ਵਾਪਰਿਆ, ਕੀ ਉਹਨਾਂ ਨੇ ਦੇਖਿਆ, ਕਿਵੇਂ ਉਹਨਾਂ ਦਾ ਪਰਿਵਾਰ ਪਾਕਿਸਤਾਨ ਤੋਂ ਭਾਰਤ ਦੇ ਵਿੱਚ ਔਰ ਸ਼ਹਿਰ ਨਾਭਾ ਦੇ ਵਿੱਚ ਆ ਕੇ ਵਸਿਆ। ਅਸੀਂ ਮਾਤਾ ਸਤਨਾਮ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ੁਲਮ ਕੀਤਾ ਮੁਸਲਮਾਨਾਂ ਸਾਡਿਆਂ ਨਾਲ, ਇੱਕ ਮੇਰੇ ਨਾਲ ਨਹੀਂ ਸਾਰੇ ਸ਼ਹਿਰ ਨਾਲ ਕੀਤਾ ਨੇ ਜ਼ੁਲਮ, ਸਾਰੇ ਸਾਡੇ ਮਕਾਨਾਂ ਦਾ, ਸਾਡਿਆਂ ਦੁਕਾਨਾਂ ਦਾ ਸਮਾਨ ਲੁੱਟਿਆ, ਲੈ ਲੈ ਕੇ ਘਰਾਂ ਜਗੀਏ। ਸਾਡੇ ਨਾਲ ਜੋ ਅਸੀਂ 3 ਦਿਨ ਇੱਕ ਲੋਹੇ ਦਾ ਗੁਰਦੁਆਰਾ ਸੀ ਬਣਿਆ ਵਾ, ਉੱਥੇ ਅਸੀਂ ਸਾਰਾ ਸ਼ਹਿਰ ਰਹੇ ਹਾਂ ਭੁੱਖੇ ਪਾਣੇ 3 ਦਿਨ, ਪਾਣੀ ਤੂੰ ਪਿਆਸੇ ਬੈਠੇ ਰਹੇ। ਬਾਰਿਕ ਖੂਹ ਸੀ, ਉਸ ਵਿੱਚ ਕੋਈ ਪਾਣੀ ਨਹੀਂ ਸਾ ਪੀਂਦਾ, ਪਾਣੀ ਭੈੜਾ ਸੀ, ਭੈੜਾ ਗੰਦਾ ਸੀ। ਅਸੀਂ 3 ਦਿਨ ਭੁੱਖੇ ਪਾਣੇ ਰਹੇ ਹਾਂ। 3 ਦਿਨਾਂ ਬਾਅਦ ਮਿਲਟਰੀ ਆਈ, ਮਿਲਟਰੀ ਸਾਰਿਆਂ ਨੂੰ ਅੰਦਰੋਂ ਕੱਢਿਆ, ਬੰਗਲਾ ਸੀ ਕੋਈ, ਉੱਥੇ ਅਸੀਂ ਰਹੇ ਹਾਂ। ਸਾਡੇ ਕੋਲ ਇੱਕ ਡੱਬਾ ਵੀ ਨਹੀਂ ਸੀ, ਅਸੀਂ ਪਾਣੀ ਪੀਆ। ਫਿਰ ਡੱਬਾ ਇੱਕ ਮਿਲਿਆ, ਉਸ ਵਿੱਚ ਅਸੀਂ ਪਾਣੀ ਪੀਂਦਾ ਰਿਹਾ। ਫਿਰ ਹਸਤਾ, ਹੁਣ ਮੈਨੂੰ ਯਾਦ ਨਹੀਂ, ਇੱਧਰ ਆਇਆ ਦੁਕਾਨ 'ਤੇ, ਇੱਕ ਲੋਹੇ ਦੀ ਦੁਕਾਨ ਸੀ, ਇੱਕ ਕਰਿਆਣੇ ਦੀ ਦੁਕਾਨ ਸੀ, ਇੱਕ ਚੂਨਾ ਸੀਮਟ ਦੀ ਦੁਕਾਨ ਸੀ ਸਾਡੇ ਮੇਰੇ ਪੇਕਿਆਂ ਦੀ। ਉਹਨਾਂ ਨੂੰ ਪਤਾ ਲੱਗਾ, ਉਹਨਾਂ ਸਾਨੂੰ ਬੁਲਾਇਆ, ਉਹਨਾਂ ਸਾਨੂੰ ਥਾਂ ਦਿੱਤੀ, ਅਸੀਂ ਰਹੇ ਹਾਂ। ਫਿਰ ਰੋਟੀ ਪਾਣੀ ਲੱਭੀ, ਖਾਣ ਲੱਗੇ ਹਾਂ। ਸ਼ੁਕਰ ਕੀਤਾ ਗੁਰੂ ਮਹਾਰਾਜ ਦਾ, ਵੇ ਸ਼ੁਕਰ ਆ ਤੇਰਾ। ਹੁਣ ਗੁਰੂ ਮਹਾਰਾਜ ਸਾਡੇ 'ਤੇ ਕਿਰਪਾ ਕੀਤੀ, ਹੁਣ ਸਭ ਕੀ ਜਾਇ ਸਾਡੇ ਕੋਲ। ਲਾਹੌਰ ਗੱਡੀ ਠਹਿਰੀ, ਗੱਡੀ ਵਿੱਚ ਆਇਆ, ਲਾਹੌਰ ਗੱਡੀ ਠਹਿਰੀ, ਉੱਥੇ ਸਾਨੂੰ ਫਿਕਰ ਲੱਗਾ ਬਾਈ ਇੱਥੇ ਸਾਨੂੰ ਵੱਢਣ ਕੱਢਣਗੇ ਮੁਸਲਮਾਨ, ਇਤਨਾ ਜ਼ੁਲਮ ਸੀ। ਲਾਹੌਰ ਤੋਂ ਮਸੇ ਅੰਦਰੋਂ ਨਿਕਲੇ ਹਾਂ, ਗੱਡੀ ਵਿੱਚ ਆਏ ਹਾਂ। ਕਿਵੇਂ ਰੋਟੀ ਕਿਵੇਂ ਖਾਂਦੇ ਰਹੇ ਹੋ? ਰੋਟੀ ਹਾਂ, ਗੱਡੀ ਵਿੱਚ ਲੋਕ ਰੋਟੀਆਂ ਭੇਜੀਆਂ, ਉਸ ਵੀ ਖਾਧੀਆਂ। ਲੋਕਾਂ ਨੂੰ ਪਤਾ ਲੱਗਾ ਬਾਈ ਪਾਕਿਸਤਾਨ ਜ਼ੁਲਮ ਹੋਇਆ, ਇੱਧਰ ਜਿਹੜੇ ਸਿੱਖ ਸੀ ਉਹਨਾਂ ਰੋਟੀਆਂ ਭੇਜੀਆਂ ਖਾਧੀਆਂ, ਤਾਂ ਜਿਹੜਾ ਪਤਾ ਲੱਗਾ। 3 ਦਿਨ ਭੁੱਖੇ ਰਹੇ ਹਾਂ, ਉਸ ਤੋਂ ਬਾਅਦ ਰੋਟੀ ਮਿਲੀ। ਉਹਨਾਂ ਬਹੁਤ ਫਿਕਰ ਕੀਤਾ। ਮੇਰੇ ਪਿਓ ਦੀਆਂ 3 ਦੁਕਾਨਾਂ ਸੀ, ਇੱਕ ਕਰਿਆਣੇ ਦੀ, ਇੱਕ ਲੋਹੇ ਦੀ,
ਇੱਕ ਚੂਨੇ ਸੀਮਟ ਦੀ, ਤਿੰਨ ਦੁਕਾਨਾਂ ਸੀਆਂ। ਇਹ ਯਾਦੀਆਂ ਮੈਨੂੰ, ਕੰਮ ਬਹੁਤ ਚੰਗਾ ਸੀ, ਆਪਣੇ ਘਰ ਰਾਜ ਕਰਦੇ ਸਾਂ, ਮਕਾਨ ਬਹੁਤ ਵੱਡਾ ਸੀ, ਤਿੰਨ ਦੁਕਾਨਾਂ ਸੀਆਂ ਸਾਡੀਆਂ, ਮੇਰੇ ਮਾਂ ਪਿਓ ਦੀਆਂ। ਇੱਕ ਲੋਹੇ ਦੀ ਦੁਕਾਨ ਸੀ, ਇੱਕ ਕਰਿਆਣੇ ਦੀ ਸੀ, ਇੱਕ ਚੂਨੇ ਸਿਮਟ ਸੀਮਟ ਸੀ। ਚੂਨੇ ਸਿਮਟ ਦੀ ਕਰਿਆਣੇ ਕੋਲ ਸੀ, ਜਿਹੜਾ ਗਾਹਕ ਆਉਂਦਾ ਸੀ। ਮੇਰੀ ਮਾਂ ਆਦਮੀਆਂ ਵਾਲਾ ਕੰਮ ਕਰਦੀ ਸੀ, ਉਹ ਤੋਲ ਤੋਲ ਕੇ ਦਿੰਦੀ ਸੀ। ਸਾਨੂੰ ਕੋਈ ਫਿਕਰ ਨਹੀਂ ਸੀ, ਇਹ ਮੁਸਲਮਾਨਾਂ ਜ਼ੁਲਮ ਕੀਤਾ, ਸਾਰੇ ਇੱਕ ਸਾਡੇ ਨਾਲ ਨਹੀਂ, ਸਾਰੇ ਸ਼ਹਿਰ ਨਾਲ, ਸਾਰਾ ਸ਼ਹਿਰ। ਇੱਕ ਗੁਰਦੁਆਰਾ ਲੋਹੇ ਦਾ ਸੀ, ਉੱਥੇ ਅਸੀਂ ਰਹੇ ਹਾਂ ਤਿੰਨ ਦਿਨ, ਸਾਰਾ ਸ਼ਹਿਰ ਰਿਹਾ, ਇੱਕ ਅਸੀਂ ਨਹੀਂ, ਸਾਰਾ ਸ਼ਹਿਰ ਰਿਹਾ ਉੱਥੇ ਭੁੱਖਾ ਭਾਣਾ। ਮਿਲਟਰੀ ਆਈ, ਫਿਰ ਕੱਢ ਕੇ ਲੈ ਕੇ ਗਈ ਸਾਨੂੰ, ਕੱਟਣ ਵੱਢਣਗੇ ਸਾਰਿਆਂ ਨੂੰ। ਫਿਰ ਮਿਲਟਰੀ ਆਈ ਤਾਂ ਲੈ ਕੇ ਗਈ ਹੈ। ਜਿੱਥੇ ਜਿੱਥੇ ਸਾਡੇ ਰਿਸ਼ਤੇਦਾਰ ਉਹਨਾਂ ਦੇ ਘਰ ਰਹੇ ਹਾਂ, ਕੁਲਛੇਤਰ ਵੀ ਰਹੇ ਹਾਂ, ਹੋਰ ਪਤਾ ਨਹੀਂ ਕਿਹੜੇ ਸ਼ਹਿਰ ਰਹੇ ਹਾਂ। ਪੈਸੇ ਕਿਛੇ ਤੇ ਕੋਈ ਨਹੀਂ, ਜਿਹੜਾ ਸੋਨਾ ਸਾਡੇ ਮਾਂ ਪਿਓ ਨੇ ਦੱਬਿਆ ਹੋਇਆ ਸੀ, ਉਹ ਮਿਲਟਰੀ ਨਾਲ ਲੈ ਕੇ ਕੱਢ ਕੇ ਲੈ ਆਏ, ਸਾਰੇ ਇਸੇ ਤਰ੍ਹਾਂ ਲੈ ਕੇ ਆਏ। ਸੋਨਾ ਜਿੱਥੇ ਦੱਬਿਆ ਹੋਇਆ ਸੀ, ਹੁਣ ਲੋਕ ਬੰਕਾਂ ਵਿੱਚ ਰੱਖਦੇ ਨੇ, ਉੱਥੇ ਇਹ ਰਿਵਾਜ਼ ਸੀ ਵੀ ਦੱਬੋ। ਸੋਨਾ ਸੋਨਾ ਲੈ ਕੇ ਆਏ ਨੇ ਸਾਡੇ ਮਾਂ ਪੀ, ਲੋਕ ਭੇਜੇ ਨੇ ਜਿਸ ਸ਼ਹਿਰ ਵਿੱਚ ਨਹੀਂ ਜ਼ੁਲਮ ਹੋਇਆ, ਉਹਨਾਂ ਨੂੰ ਪਤਾ ਲੱਗਾ, ਕੱਪੜੇ ਭੇਜੇ ਉਹਨਾਂ, ਸੋਹਣੇ ਸੋਹਣੇ ਕੱਪੜੇ ਪਾਉਣ ਨੂੰ, ਰੋਟੀਆਂ ਸਭ ਕੁਝ ਭੇਜਣੇ ਰਹੇ, ਅਸੀਂ ਖਾਣੇ ਰਹੇ ਹਾਂ, ਕੱਪੜੇ ਵੀ ਸਾਨੂੰ ਦਿੱਤੇ ਨੇ ਪਾਉਣ ਨੂੰ। ਆਸਤਾ ਆਸਤਾ ਸਾਰਾ ਕੁਝ ਹੋ ਗਿਆ ਸਾਡੇ ਕੋਲ। ਇੱਧਰ ਆ ਕੇ ਫਿਰ ਸਾਡੇ ਮਾਂ ਪਿਓ ਭਰਾ ਫਿਰ ਦੁਕਾਨਾਂ ਪਾਈਆਂ। ਇੱਧਰ ਆ ਕੇ ਕੋਈ ਘਾਟਾ ਨਹੀਂ ਰਿਹਾ, ਸਭ ਕੁਝ ਖਾਂਦੇ ਪੀਂਦੇ ਰਹੇ ਹਾਂ। ਮੇਰੇ ਭਰਾ ਪੰਜ ਸੀ, ਤਿੰਨ ਭੈਣਾਂ ਸੀਆਂ ਸੀ, ਪੰਜ ਭਰਾ ਸੀ, ਤਿੰਨ ਭੈਣਾਂ ਸੀਆਂ। ਫਿਰ ਕੋਈ ਘਾਟਾ ਨਹੀਂ ਤੱਕਿਆ, ਲੋਕਾਂ ਬਹੁਤ ਮਦਦ ਕੀਤੀ, ਉਹਨਾਂ ਨੂੰ ਪਤਾ ਲੱਗਾ, ਕੱਪੜੇ ਟੇਰਾਂ ਨੇ ਟੇਰ ਉਹਨਾਂ ਭੇਜੇ। ਵਾਈਫ ਨੇ ਇਹ ਦੁਕਾਨ ਦਾ ਹੀ ਕੰਮ ਕਰਨ ਗਿੱਜੇ ਹੋਏ ਸੀ, ਇੰਨਾ ਮੇਰੇ ਭਰਾ ਵੱਡਾ ਭਰਾ ਸਾਡਾ ਮਿਸਤਰੀ ਵਿੱਚ ਨੌਕਰ ਸੀ, ਉਹ ਮਿਸਤਰੀ ਸੀ ਰਹਿੰਦਾ ਸੀ ਛੋਟੇ। ਉੱਧਰ ਪਾਕਿਸਤਾਨ ਵਿੱਚ ਮੇਰੀ ਉਮਰ 20 ਸਾਲ ਸੀ, ਮੈਂ ਕੁਆਰੀ ਸਾਂ, ਮੈਂ ਛੋਟੀ ਸਾਂ, ਮੇਰੇ ਭਰਾ ਦੁਕਾਨਾਂ, ਉੱਧਰ ਤਿੰਨ ਦੁਕਾਨਾਂ ਸੀਆਂ ਸਾਡੀਆਂ, ਚੂਨੇ ਸਿਮਟ ਦਾ, ਜਿਹੜਾ ਗਾਹਕ ਆਉਂਦਾ ਸੀ ਦਿੰਦੀ ਸੀ। ਮੇਰਾ ਪਿਓ, ਮੇਰੇ ਭਰਾ, ਇੱਕ ਲੋਹੇ ਦੀ ਦੁਕਾਨ ਸੀ, ਅਸੀਂ ਉੱਧਰ ਬਹੁਤ ਸੁਖੀ ਸਾਂ, ਸਾਰਾ ਸ਼ਹਿਰ ਸੁਖੀ ਸੀ। ਸਾਨੂੰ ਕੱਢਿਆ, ਅੱਗਾਂ ਲਾਈਆਂ ਸਾਡੀਆਂ, ਸਮਾਨ ਲੁੱਟ ਕੇ ਲੈ ਗਏ ਮਕਾਨਾਂ ਨੂੰ, ਅੱਖਾਂ ਲਾਈਆਂ, ਗੁਰਦੁਆਰਿਆਂ ਦੀ ਬੇਅਦਬੀ ਕੀਤੀ ਬਹੁਤ। 8 ਗੁਰਦੁਆਰੇ ਸੀ ਪਾਕਿਸਤਾਨ ਵਿੱਚ, 8 ਗੁਰਦੁਆਰੇ ਸੀ,
ਉਹ ਪਤਾ ਨਹੀਂ ਹੁਣ ਉਹਨਾਂ ਬੇਅਦਬੀ ਕੀਤੀ ਗੁਰੂ ਗ੍ਰੰਥ ਸਾਹਿਬ ਦੀ। ਅਸੀਂ ਤਾਂ ਆ ਗਏ, ਸਾਨੂੰ ਮਿਲਟਰੀ ਲੈ ਮਿਲਟਰੀ ਨੂੰ ਪਤਾ ਲੱਗਾ, ਮਿਲਟਰੀ ਸਾਨੂੰ ਸਾਰੇ ਸ਼ਹਿਰ ਨੂੰ ਲੈ ਕੇ ਆ ਗਈ। ਜਾ ਸਕਦੀ ਮੈਂ, ਟੁਰ ਨਾ ਸਕਦੀ, ਮੇਰੀਆਂ ਲੱਤਾਂ 'ਚ ਜ਼ੋਰ ਨਹੀਂ ਹੁਣ। ਪਾਕਿਸਤਾਨ ਵੀ ਤਾਂ ਮੈਂ ਛੋਟੀ ਸਾਂ, ਤੁਰ ਫਿਰ ਸਕਦੀ ਸਾਂ, ਹੁਣ ਮੈਂ ਜਾ ਨਾ ਸਕਦੀ ਰਹੀ ਹਾਂ। ਉੱਥੇ ਰੋਟੀ ਖਾਣੇ ਰਹੇ ਹਾਂ, ਫਿਰ ਅਸੀਂ ਕੋਈ ਉਹ ਦੁੱਖ ਨਹੀਂ ਦੇਖਿਆ। ਪੰਜਾਂ ਸਾਹਿਬ ਪਤਾ ਨਹੀਂ ਕਿੰਨੇ ਮਹੀਨੇ ਰਹੇ ਹਾਂ। ਇਹ ਸਨ ਮਾਤਾ ਸਤਨਾਮ ਕੌਰ ਜੀ, ਅਸੀਂ ਉਹਨਾਂ ਨਾਲ ਗੱਲਬਾਤ ਕੀਤੀ। ਪਰਿਵਾਰ ਮੁਤਾਬਕ 80 ਸਾਲ ਦੀ ਉਮਰ ਤੱਕ ਮਾਤਾ ਜੀ ਅਖਬਾਰ ਪੜ੍ਹਦੇ ਰਹੇ ਨੇ ਅਤੇ ਇਹਨਾਂ ਨੂੰ ਅੱਜ ਤੱਕ ਸ਼ੂਗਰ, BP, ਕੈਸਟਰੋਲ ਦੀ ਕੋਈ ਵੀ ਸ਼ਿਕਾਇਤ ਨਹੀਂ ਆਈ। ਸਿਰਫ ਘੱਟ ਸੁਣਨ ਦੀ ਹੁਣ ਸ਼ਿਕਾਇਤ ਆਈ ਹੈ। ਸਰੀਰ ਪੱਖੋਂ ਉਹਨਾਂ ਦੀਆਂ ਲੱਤਾਂ ਜ਼ਰੂਰ ਦੁਖਦੀਆਂ ਨੇ, ਪਰ ਜੇਕਰ ਗੱਲ ਉਹਨਾਂ ਦੇ ਕੰਨੀ ਪੈ ਜਾਵੇ, ਉਹਨਾਂ ਨੂੰ ਗੱਲ ਸੁਣੀ ਜਾਵੇ ਤਾਂ ਉਹਦਾ ਜਵਾਬ ਸਹੀ ਢੰਗ ਤਰੀਕੇ ਨਾਲ ਦਿੰਦੇ ਨੇ। ਔਰ ਪਰਿਵਾਰ ਮੁਤਾਬਕ ਜੋ ਗੱਲਾਂ ਅੱਜ ਕੀਤੀਆਂ ਗਈਆਂ ਨੇ ਉਹਨਾਂ ਨੂੰ ਤਕਰੀਬਨ 10 ਦਿਨ ਉਹ ਲਗਾਤਾਰ 10 ਦਿਨ ਦੇ ਕਰੀਬ ਲਗਾਤਾਰ ਯਾਦ ਕਰਦੇ ਰਹਿਣਗੇ ਅਤੇ ਉਹ ਗੱਲਾਂ ਪੁਰਾਣੀਆਂ ਜੋ ਪਾਕਿਸਤਾਨ 'ਚ ਵਾਪਰੀਆਂ ਉਹ ਪਰਿਵਾਰ ਨਾਲ ਸਾਂਝੀਆਂ ਕਰਦੇ ਰਹਿਣਗੇ। ਕੈਮਰਾਮੈਨ ਅੰਮ੍ਰਿਤਪਾਲ ਸਿੰਘ ਦੇ ਨਾਲ ਅਮਨਦੀਪ ਸਿੰਘ ਲਵਲੀ, ਅਜੀਤ ਵੈੱਬ, ਨਾਭਾ।